ਸਾਬਕਾ ਆਨੰਦਪੁਰ ਸਾਹਿਬ ਦੇ ਡਾਢੀ ਪਿੰਡ ਦਾ ਦੌਰਾ ਕਰਦੇ ਹੋਏ ਹਰਜੋਤ ਸਿੰਘ ਦੀ ਬੈਂਸ ਤੁਸੀਂ 200 ਪਲੱਸ ਪਿੰਡਾਂ ਦਾ ਤੂਫਾਨੀ ਦੌਰਾ ਕਰਦੇ ਆ ਕਿਵੇਂ ਦਾ ਹੋਗਾ ਤੁਹਾਨੂੰ ਲੱਗਦਾ ਕਿ ਵੋਟਰਾਂ ਦਾ ਤੁਹਾਡੇ ਸਾਹਮਣੇ ਵੀਰਾ ਜੀ ਦੇਖੋ ਹਰ ਪਿੰਡ 'ਚ ਹੀ ਪਿਆਰ ਮਿਲ ਰਿਹਾ ਦੇਖੋ ਪਿੰਡ ਦੀ ਮੀਟਿੰਗ ਉਹ ਕਾਮਯਾਬ ਹੁੰਦੀ ਆ ਜਿੱਥੇ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਨੌਜਵਾਨ ਆਣ ਸਾਡੀ ਹਰ ਮੀਟਿੰਗ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਮਾਤਾਵਾਂ ਅਤੇ ਭੈਣਾਂ ਆਉਂਦੀਆਂ ਜੋ ਦੱਸਦਾ ਕਿ ਪਿੰਡ ਦੀ ਹਵਾ ਕੀ ਹੈ ਨੌਜਵਾਨ ਵੀਰ ਨਾਲ ਚੱਲਦੇ ਆ ਅਗਲੇ ਪਿੰਡ ਤੱਕ ਛੱਡ ਕੇ ਆਉਂਦੇ ਆ ਕਈ ਸਾਰਾ ਦਿਨ ਹੀ ਨਾਲ ਰਹਿੰਦੇ ਆ ਇਹ ਜੋਸ਼ ਆ ਉਹਨਾਂ ਦੇ ਵਿੱਚ ਬਜ਼ੁਰਗ ਆਸ਼ੀਰਵਾਦ ਦਿੰਦੇ ਆ ਅੱਗੇ ਜਿਵੇਂ ਪਿਛਲੀ ਵਾਰੀ ਨੌਜਵਾਨ ਤਾਂ ਸੀ ਪਰ ਬਜ਼ੁਰਗ ਆਪਣੀ ਪਾਰਟੀਆਂ ਨਾਲ ਜਿਹੜੇ ਸੀ ਉਹ ਕਹਿੰਦੇ ਕੋਈ ਕਹਿੰਦਾ ਜੀ ਮੈਂ 40 ਸਾਲਾਂ ਤੋਂ ਕੋਈ ਕਹਿੰਦਾ ਮੈਂ 50 ਸਾਲਾਂ ਤੋਂ ਪਰ ਕਹਿੰਦੇ ਜੀ ਇਸ ਵਾਰੀ ਅਸੀਂ ਅੱਕ ਗਏ ਇਸ ਵਾਰੀ ਝਾੜੂ ਕੁਛ ਜਿਵੇਂ ਲੋਕਾਂ ਦੇ ਇੱਕ ਸੋਚ ਹੁੰਦੀ ਆ ਉਹ ਕਹਿੰਦੇ ਆ ਹੋਰ ਤਾਂ ਕਿਸੇ ਨਾਲ ਇਹਨਾਂ ਦਾ ਮੁਕਾਬਲਾ ਹੈ ਨਹੀਂ ਜਿਵੇਂ ਇੱਕ KP ਰਾਣਾ ਨਾਲ ਆ ਤੁਸੀਂ ਕਿੱਦਾਂ ਮੰਨਦੇ ਆ ਵੀ ਕਿਵੇਂ ਦਾ ਮੁਕਾਬਲਾ ਹੈ ਕੋਈ ਮੈਂ ਦੇਖੋ ਜੀ ਸਾਡਾ ਬਿਲਕੁਲ ਮੈਨੂੰ ਇੱਕ ਤੁਹਾਡੇ ਵਰਗੇ ਇੱਕ ਸਾਡੇ ਬਹੁਤ ਸਤਿਕਾਰਯੋਗ ਪੱਤਰਕਾਰ ਸਾਹਿਬ ਪੁੱਛਦੇ ਕਿਹੜੀ ਪਾਰਟੀ ਨਾਲ ਮੁਕਾਬਲਾ ਮੈਂ ਕਿਹਾ ਸਾਡਾ ਕਿਸੇ ਪਾਰਟੀ ਨਿਮਰਤਾ ਨਾਲ ਸਾਡਾ ਕਿਸੇ ਪਾਰਟੀ ਨਾਲ ਮੁਕਾਬਲਾ ਨਹੀਂ ਕਾਂਗਰਸ ਤਾਂ ਸਾਡੇ ਨਾਲ ਸਾਡਾ ਮੁਕਾਬਲਾ ਰਾਣਾ KP ਦੇ ਧੱਕਿਆਂ ਦੇ ਖਿਲਾਫ ਹੈ ਜਿਹੜੇ ਉਹਦੇ ਹੰਕਾਰ ਭਰੀ ਰਾਜਨੀਤੀ ਹੈ ਦੇਖੋ ਆਪ ਲੋਕਾਂ ਨੂੰ ਡਰਾਉਣਾ ਦਬਕਾਉਣਾ ਉਹਦਾ ਬੇਟਾ ਉਹ ਲੋਕਾਂ ਨੂੰ ਜਿਹੜੇ ਆ ਦਬਕੇ ਮਾਰਦਾ ਇਹ ਜਿਹੜੇ ਜ਼ੁਲਮ ਦੇ ਖਿਲਾਫ ਹੈ ਇਹਦੇ ਨਾਲ ਮੁਕਾਬਲਾ ਅਤੇ ਇਸ ਮੁਕਾਬਲੇ ਦੇ ਵਿੱਚ ਪਰਮਾਤਮਾ ਦੀ ਕਿਰਪਾ ਸਦਕਾ ਜਿੱਤ ਮੈਂ ਸਾਹਿਬ ਬਹੁਤ ਘੱਟ ਟਾਈਮ ਤੁਹਾਡੇ ਕੋਲ ਹੈਗਾ ਇੱਕ ਲਾਸਟ ਜਿਹੜੀ ਮੈਂ ਗੱਲ ਤੁਹਾਨੂੰ ਪੁੱਛਣੀ ਆ ਇਹ ਜਿਹੜਾ ਆਨੰਦਪੁਰ ਸਾਹਿਬ ਤੁਹਾਡਾ ਹਲਕਾ ਇਹ ਬਹੁਤ ਇਤਿਹਾਸਿਕ ਜਗ੍ਹਾ ਆ ਕੀ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਸੋਚੀ ਕਿ ਮੈਂ ਇਹਦੇ ਲਈ ਕੋਈ ਵੱਖਰਾ ਕਰ ਦਵਾਂ ਦੇਖੋ ਜੀ ਬਹੁਤ ਕੁਛ ਹੈ ਦਿਲ ਦੇ ਵਿੱਚ ਮੈਂ ਤਾਂ ਅਕਸਰ ਆਪਣੇ ਨੌਜਵਾਨ ਵੀਰਾਂ ਨੂੰ ਕਹਿੰਦਾ ਹੁੰਦਾ ਕਿ ਬੜਾ ਕੁਛ ਹੈ ਦਿਲ ਦੇ ਵਿੱਚ ਬੜੀ ਅਸੀਂ ਐਲਾਨ ਵੀ ਕੀਤੇ ਚੰਗਰ ਲਈ ਅਲੱਗ ਐਲਾਨ ਹਸਪਤਾਲ ਦਾ ਐਲਾਨ ਸਟੇਡੀਅਮ ਦਾ ਐਲਾਨ ਨੰਗਲ ਸ਼ਹਿਰ ਨੂੰ ਟੂਰਿਸਟ ਹੱਬ ਬਣਾਉਣ ਦਾ ਵੱਡੇ ਐਲਾਨ ਕੀਤੇ ਆ ਬਟ ਜਿਹੜਾ ਸਭ ਤੋਂ ਪਰ ਜਿਹੜਾ ਸਾਡਾ ਮੇਰੇ ਦਿਲ ਦੇ ਵਿੱਚ ਮੈਂ ਉਹਨੂੰ ਮਜ਼ਾਕ ਮਜ਼ਾਕ ਕਹਿੰਦਾ ਹੁੰਦਾ ਕਿ ਜਿਵੇਂ ਕ੍ਰਿਕਟ ਦੇ ਵਿੱਚ ਹੁੰਦਾ ਨਾ ਕਿ ਤੁਸੀਂ ਮੈਨੂੰ ਇੱਕ ਵਾਰੀ ਵਿਧਾਨ ਸਭਾ 'ਚ ਬੈਟਿੰਗ ਕਰਨ ਭੇਜੋ ਤਾਂ ਅਸੀਂ ਆਪਾਂ ਤਾਂ ਚੌਕੇ ਛੱਕੇ ਮਾਰਨੇ ਆ ਸਿੰਗਲ ਦੁੱਕੀ ਲੈਣੀ ਨਹੀਂ ਅਤੇ ਚੌਕੇ ਛੱਕੇ ਮਾਰਾਂਗੇ ਆਪਣੀ ਇਸ ਇਤਿਹਾਸਿਕ ਧਰਤੀ ਨੂੰ ਆਪਣੇ ਇਸ ਬਹੁਤ ਹੀ ਪਾਕ ਪਵਿੱਤਰ ਸੋਹਣੀ ਧਰਤੀ ਨੂੰ ਜਿੱਥੇ ਸ਼ਰੀਫ ਲੋਕ ਵੱਸਦੇ ਆ ਪੰਜਾਬ ਦੇ ਸਭ ਤੋਂ ਸ਼ਰੀਫ ਲੋਕ ਸਾਡੇ ਇਲਾਕੇ 'ਚ ਵੱਸਦੇ ਆ ਇਸ ਧਰਤੀ ਦੇ ਲਈ ਜਿੰਨਾ ਹੋ ਸਕਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਮਾਈ ਦੀ ਕਿਰਪਾ ਸਦਕਾ ਕੰਮ ਕਰਾਂਗੇ ਨਿਮਾਣੇ ਬਣ ਕੇ ਨਿਮਰਤਾ ਨਾਲ ਕੰਮ ਸੋ ਬਹੁਤ ਬਹੁਤ ਧੰਨਵਾਦ ਹੈ ਸਰ ਥੈਂਕ